ਪਹਿਲਾਂ ਤੁਹਾਨੂੰ ਅਸੀਂ ਦਿੱਲੀ ਛੱਡ ਕੇ ਆਏ ਸੀ ਜਦੋਂ ਕਾਂਗਰਸ ਦਾ ਰਾਜ ਸੀ। ਆ ਹੁਣ ਵਾਲਾ ਮੁੱਖ ਮੰਤਰੀ ਨੇ ਤੁਹਾਨੂੰ ਹਰਿਆਣੇ ਦਾ ਬਾਰਡਰ ਵੀ ਟਪਵਾਇਆ। ਮੋਦੀ ਨੂੰ ਇੱਕ ਵੀ ਪਾਰਟੀ ਨਾ ਸਮਝੀ, ਉਹ ਕਾਂਗਰਸ ਪਾਰਟੀ ਨਾ ਤਾਂ ਆਮ ਆਦਮੀ ਪਾਰਟੀ ਨਾ ਸਮਝੇ ਨਾ ਕੋਈ ਅਕਾਲੀ, ਇੱਕ ਦਾ ਪਹਿਲੀ ਗੱਲ ਤਾਂ ਇਹਨਾਂ ਦਾ ਕੋਈ ਜਿੱਤਦਾ ਨਹੀਂ। ਤੇ ਕੇਜਰੀਵਾਲ ਨੇ ਜਿਹੜੇ ਉਹ ਮੁੱਖ ਮੰਤਰੀ ਹੈ ਦਿੱਲੀ ਦੇ, ਪੰਜਾਬ 'ਚ ਅਲੱਗ ਅਲੱਗ ਇਲੈਕਸ਼ਨ ਲੜ ਰਹੇ ਆ ਤੇ ਕੱਲ੍ਹ ਸਾਰਾ ਦਿਨ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਕਾਂਗਰਸ ਤੇ ਆਮ ਆਦਮੀ ਸਾਰੀ ਦਿੱਲੀ ਘੁੰਮ ਰਹੀ ਸੀ। ਇੱਕ ਨਾਰਾ ਕਾਂਗਰਸ ਦਾ ਲੱਗ ਰਿਹਾ ਸੀ, ਇੱਕ ਆਮ ਆਦਮੀ ਦਾ ਲੱਗ ਰਿਹਾ ਸੀ। ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੋਈ ਆ। ਉੱਥੇ ਤਿੰਨੇ ਰਾਜਨੀਤਿਕ ਪਾਰਟੀਆਂ ਕਾਂਗਰਸ ਆਪ ਤੇ ਭਾਜਪਾ ਇੱਕ ਦੂਜੇ ਤੇ ਬਿਆਨਬਾਜ਼ੀ ਲਗਾਤਾਰ ਕਰ ਰਹੀਆਂ ਨੇ। ਇੱਕ ਪਾਸੇ ਜਿੱਥੇ ਅੱਜ ਰਾਜਾ ਵੜਿੰਗ ਨੇ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਪੰਜਾਬ ਦੀ ਸਰਕਾਰ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਦੋਂ ਸਾਡੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਤਾਂ ਹਰਿਆਣਾ ਵਿੱਚ ਵੀ ਉਹਨਾਂ ਨੂੰ ਰੋਕ ਲਿਆ ਗਿਆ, ਸਾਡੇ ਨੌਜਵਾਨ ਦਾ ਕਤਲ ਕੀਤਾ ਗਿਆ, ਉਸਨੂੰ ਸ਼ਹੀਦ ਕਰ ਦਿੱਤਾ ਗਿਆ। ਪੁਲਿਸ FIR ਤੱਕ ਨਹੀਂ ਕਰ ਸਕੀ ਆਪਣੇ ਬਾਰਡਰ 'ਤੇ। ਪੰਜਾਬ ਦੀ ਸਰਕਾਰ ਨੇ ਆਪਣੇ ਹੀ ਕਿਸਾਨਾਂ ਦੇ ਡਾਂਗਾਂ ਮਰਵਾ ਦਿੱਤੀਆਂ। ਉੱਥੇ ਦੂਜੇ ਪਾਸੇ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਦੋਵੇਂ ਪਹਿਲਾਂ ਹੀ ਸਮਝੌਤੇ ਕਰ ਚੁੱਕੇ ਨੇ। ਉਹਨਾਂ ਕਿਹਾ ਕਿ ਦੇਸ਼ ਦੀ ਰਾਜਧਾਨੀ ਵਿੱਚ ਕਾਂਗਰਸ ਅਤੇ ਆਪ ਦਾ ਸਮਝੌਤਾ ਹੈ, ਨਾਲ ਹੀ ਪੰਜਾਬ ਦੀ ਰਾਜਧਾਨੀ ਵਿੱਚ ਵੀ ਇਹਨਾਂ ਦਾ ਸਮਝੌਤਾ ਹੈ। ਉਹਨਾਂ ਕਿਹਾ ਕਿ ਇਹਨਾਂ ਦੇ ਇੰਚਾਰਜ ਆਪਸ ਦੇ ਵਿੱਚ ਮੀਟਿੰਗ ਕਰਦੇ ਨੇ ਅਤੇ ਇੱਕ ਦੂਜੇ ਲਈ ਪ੍ਰਚਾਰ ਕਰ ਰਹੇ ਨੇ। ਉਹਨਾਂ ਕਿਹਾ ਕਿ ਸਮਝ ਨਹੀਂ ਆ ਰਿਹਾ ਕਿ ਮੁੱਖ ਮੰਤਰੀ ਕੌਣ ਬਣੇਗਾ। ਉੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਇਸਦਾ ਜਵਾਬ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਦੇ ਵੀ ਸਾਡਾ ਦੇਸ਼ ਸਮਝੌਤਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ 13-0 ਦੇ ਨਾਲ ਪੰਜਾਬ ਦੇ ਵਿੱਚ ਜਿੱਤ ਹਾਸਲ ਕਰਾਂਗੇ। ਪਹਿਲਾਂ ਤੁਹਾਨੂੰ ਅਸੀਂ ਦਿੱਲੀ ਛੱਡ ਕੇ ਆਏ ਸੀ ਜਦੋਂ ਕਾਂਗਰਸ ਦਾ ਰਾਜ ਸੀ। ਆ ਹੁਣ ਵਾਲਾ ਮੁੱਖ ਮੰਤਰੀ ਨੇ ਤੁਹਾਨੂੰ ਹਰਿਆਣੇ ਦਾ ਬਾਰਡਰ ਵੀ ਟਪਵਾਇਆ। ਤੁਹਾਡੀ ਸਰਜਰੀ ਤੇ ਬੈਠੇ ਗੋਲੀਆਂ ਮਾਰ ਕੇ ਤੁਹਾਡੇ ਬੰਦੇ ਮਾਰਤੇ, 700 ਕਿਸਾਨ ਪਹਿਲਾਂ ਮਾਰ ਗਿਆ। ਜੇ ਤੁਸੀਂ ਬਚਣਾ ਤਾਂ ਮੋਦੀ ਲਾਉਣਾ ਪੈਣਾ। ਮੋਦੀ ਨੂੰ ਇੱਕ ਵੀ ਪਾਰਟੀ ਨਾ ਸਮਝੀ, ਉਹ ਕਾਂਗਰਸ ਪਾਰਟੀ ਨਾ ਤਾਂ ਆਮ ਆਦਮੀ ਪਾਰਟੀ ਨਾ ਸਮਝੇ ਨਾ ਕੋਈ ਅਕਾਲੀ, ਇੱਕ ਦਾ ਪਹਿਲੀ ਗੱਲ ਤਾਂ ਇਹਨਾਂ ਦਾ ਕੋਈ ਜਿੱਤਦਾ ਨਹੀਂ। ਤੇ ਜੇ ਜਿੱਤ ਨਹੀਂ ਗਿਆ ਤੇ ਇੱਕ ਅੱਧਾ ਮੋਦੀ ਨੂੰ ਲਾ ਨਹੀਂ ਸਕਦਾ। ਐਵੇਂ ਆਪਣੀ ਬੋਲ ਖਰਾਬ ਨਾ ਕਰੇ, ਉਹ ਝਾੜੂ ਨੂੰ ਪਾ ਕੇ, ਹਾਥੀ ਨੂੰ ਪਾ ਕੇ, ਆ ਤੱਕੜੀ ਨੂੰ ਪਾ ਕੇ ਇੱਕ ਇਕੱਠਾ ਬੋਲ ਪਾਓ ਤਾਂ ਜੋ ਮੋਦੀ ਨੂੰ ਸੁਨੇਹਾ ਦੇ ਸਕੀਏ ਵੀ ਤੇਰੇ ਖਿਲਾਫ ਪੰਜਾਬ ਦੇ ਵੋਟਰ ਹੈ, ਅਸੀਂ ਤੈਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਨਹੀਂ ਵੇਖਣਾ ਚਾਹੁੰਦੇ। ਨਵੀਆਂ ਜਿਹੜੇ ਸਾਡੇ ਮੁੰਡੇ ਹੈ ਇਹਦਾ ਭਾਸ਼ਣ ਸੁਣ ਸੁਣ ਕੇ ਹੱਸੀ ਜਾਂਦੇ ਹੈ। ਉਹ ਸਵਾਲ ਕਰੋ ਭਗਵੰਤ ਮਾਨ ਨੂੰ ਕਿ 2.5 ਸਾਲਾਂ 'ਚ ਤੂੰ ਕੋਈ ਨਵਾਂ ਸਕੂਲ ਬਣਾਇਆ, ਤੂੰ ਕੋਈ ਨਵਾਂ ਹਸਪਤਾਲ ਬਣਾਇਆ, ਤੂੰ ਕੋਈ ਨਵੀਂ ਧਰਮਸ਼ਾਲਾ ਬਣਾਈ ਹੈ, ਤੂੰ ਕੋਈ ਨਵੀਂ ਪਿੰਡ ਦੀ ਗਲੀ ਬਣਾਈ ਹੈ, ਤੂੰ ਕੋਈ ਪੰਜਾਬ 'ਚ ਨਵਾਂ ਪੁਲ ਬਣਾਇਆ, ਜਾਂ ਇਹ ਵਿਖਾ ਦੇ ਵੀ ਮੈਂ ਨਵਾਂ ਬਣਾਇਆ। ਨੀਆਂ ਕੱਢ ਕੇ 2.5 ਸਾਲਾਂ 'ਚ ਰਾਜਾ ਬਣੇਗਾ, ਚੁਣਾਵ ਨਹੀਂ ਲੜੇਗਾ, ਉਹ ਚੱਲ ਫਾਇਦੇ 7,000 ਕਰੋੜ ਰੁਪਇਆ ਚੜਾਤਾ ਤੁਹਾਡੇ ਤਰੀਆ, ਉਵੇਂ ਰੇਤਾ ਵਿਕੀ ਜਾਂਦਾ ਹੈ, ਉਵੇਂ ਨਸ਼ਾ ਵਿਕੀ ਜਾਂਦਾ ਹੈ, ਉਹੀ ਸਾਰਾ ਕਹਿੰਦੇ ਸੀ ਅਸੀਂ ਪੁਲਿਸ ਨਹੀਂ ਲਾ ਰੱਖਦੇ, ਇਹ ਪੁਲਿਸ ਵਾਲਿਆਂ ਕੋਲ ਡਰਦੇ ਆ, ਪੁਲਿਸ ਵਾਲੇ ਤਾਂ ਰੱਖਦੇ ਆ ਕਿ ਲੋਕ ਇਹਨਾਂ ਨੂੰ ਕੁੱਟਣਗੇ, ਸਾਰਿਆਂ ਨਾਲ ਵੱਧ ਸਿਕਿਉਰਿਟੀ ਫੋਰਸਿਸ ਉਹਨਾਂ ਕੋਲੇ। ਇਹ ਹਾਲਾਤ ਹੈ ਬਦਲਾਵ ਦੇ, ਡਾ ਲੱਗ ਗਿਆ ਹੁਣ ਪਤੰਗਾਂ ਨੂੰ। ਇਹ ਲੱਗਦਾ ਵੀ ਜੇ ਤੇਲ ਵੀ ਮਿਲਦਾ ਨਾ ਸਰਕਾਰੋਂ ਤੇ ਉਹ ਵੀ ਚੁੱਕੀ ਚ ਪਵਾ ਲਓ, ਭਾਵੇਂ ਪੈਰ ਲਿਬੜ ਜਾਣ ਸਾਰੇ ਕੁੱਟਵਾਲ ਹੋ ਗਏ, ਕੱਪੜੇ ਨਾਲ ਹੀ ਫਿਰਦੇ ਮਾਂ ਦੇ ਸ਼ਿਰ ਜਾਓ ਜਿਹੜਾ ਸਵਾਦ ਇਹਨਾਂ ਨੂੰ, ਇਹ ਲੱਗਦਾ ਵੀ ਲੁੱਟ ਲਓ ਜੋ ਮਿਲ। ਕਾਂਗਰਸ ਹੋਈ ਆ ਜਿਹੜੀ ਉਹਦੇ ਇੰਚਾਰਜ ਨੇ, ਜਿਹੜੇ ਜਿਹੜੀ ਪੰਜਾਬ ਦੀ ਕਾਂਗਰਸ ਆ ਉਹਦੇ ਇੰਚਾਰਜ ਨੇ ਜੋਗਿੰਦਰ ਯਾਦਵ, ਤੇ ਕੇਜਰੀਵਾਲ ਨੇ ਜਿਹੜੇ ਉਹ ਮੁੱਖ ਮੰਤਰੀ ਆ ਦਿੱਲੀ ਦੇ, ਪੰਜਾਬ 'ਚ ਅਲੱਗ ਅਲੱਗ ਇਲੈਕਸ਼ਨ ਲੜ ਰਹੇ ਆ ਤੇ ਕੱਲ੍ਹ ਸਾਰਾ ਦਿਨ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਕਾਂਗਰਸ ਅਤੇ ਆਮ ਆਦਮੀ ਸਾਰੀ ਦਿੱਲੀ ਘੁੰਮ ਰਹੀ ਸੀ। ਇੱਕ ਨਾਰਾ ਕਾਂਗਰਸ ਦਾ ਲੱਗ ਰਿਹਾ ਸੀ, ਇੱਕ ਆਮ ਆਦਮੀ ਦਾ ਲੱਗ ਰਿਹਾ ਸੀ। ਚੰਡੀਗੜ੍ਹ 'ਚ ਇਕੱਠੇ ਕੰਮੇ ਨੇ ਜੋਗਿੰਦਰ ਯਾਦਵ ਜਿਹੜੇ ਇੰਚਾਰਜ ਨੇ,
ਉਹ ਉੱਥੇ ਤੇ ਕੇਜਰੀਵਾਲ ਉੱਤੇ ਇਕੱਠੇ ਨਾਅਰੇ ਮਾਰ ਰਹੇ ਆ ਤੇ ਜਦੋਂ ਅੰਮ੍ਰਿਤਸਰ ਚ ਅੱਜ ਆ ਜਾਣਾ ਕੇਜਰੀਵਾਲ ਨੇ ਉਹਨੇ ਕਾਂਗਰਸ ਨੂੰ ਗਾਲਾਂ ਕੱਢਣੀ ਆ। ਯੋਗਿੰਦਰ ਯਾਦਵ ਨੇ ਆ ਕੇ ਆਮ ਆਦਮੀ ਨੂੰ ਗਾਲਾਂ ਕੱਢਣੀ ਆ, ਕਿਹਨੂੰ ਧੋਖਾ ਦੇ ਰਹੇ ਯਾਰ? ਇਹ ਮੇਰੇ ਸਾਰੇ ਲੁਧਿਆਣੇ ਵਾਸੀਓ, ਪੰਜਾਬ ਵਾਸੀਓ ਸਮਝੋ ਵੀ ਇਹ ਕਿਹਨੂੰ ਗੁੰਮਰਾਹ ਕਰ ਰਹੇ ਆ, ਕਿਉਂਕਿ ਕੇਜਰੀਵਾਲ ਦਾ ਇਹ ਉੱਤੇ ਸਮਝੌਤਾ ਕਰਨਾ ਉਹ ਆਪਣੀ ਗੇਮ ਦੇਖ ਰਹੇ ਆ। ਭਗਵੰਤ ਮਾਨ ਜਿਹੜਾ ਹੈ ਉਹ ਇਕੱਲਾ ਹੀ ਉਹ ਆਪਣਾ ਲੱਗਿਆ ਹੋਇਆ, ਹੁਣ ਕੋਈ ਪੁੱਛ ਨਹੀਂ ਰਿਹਾ, ਉਹ ਜ਼ੋਰ ਲਾ ਰਿਹਾ ਸੀ ਸਮਝੌਤਾ ਨਹੀਂ ਹੋਣ ਦੇਣਾ, ਮੈਂ ਨਹੀਂ ਹੋਣ ਦੇਣਾ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਵੀ ਸਮਝੌਤਾ, ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਸਮਝੌਤਾ, ਅਤੇ ਕਿਹਨੂੰ ਵੋਟ ਪਵਾਉਣੀ ਹੈ ਮੈਨੂੰ ਦੱਸਣ ਬਈ ਕੌਣ ਕੀ ਪੂਰੇ ਰਾਜਾ ਬੜਿੰਗ ਸਾਹਿਬ ਇਹ ਦੱਸ ਸਕਦੇ ਆ ਵੀ ਤੁਸੀਂ ਆਮ ਆਦਮੀ ਨੂੰ ਉਹਨਾਂ ਦੇ ਕੇਜਰੀਵਾਲ ਨੂੰ ਜਿਹੜਾ ਜਿਹਨਾਂ ਦੇ ਸੁਰੱਖਾਂ ਦੇ ਪਿੱਛੇ ਉਹਦੀ ਫੋਟੋ ਆ ਜਿਹੜਾ ਕਿ ਪਰੋਲ 'ਤੇ ਆਇਆ 2 ਤਰੀਕ ਨੂੰ ਜਾਂ ਦੁਬਾਰਾ ਉਹਨੂੰ ਉੱਥੇ ਜਾ ਕੇ ਆਪਣੀ ਹਾਜ਼ਰੀ ਭਰਨੀ ਪੈਣੀ ਹੈ, ਦੁਬਾਰਾ ਜੇਲ੍ਹ 'ਚ ਤਿਹਾੜ ਚੜਾਉਣਾ, ਕੀ ਤੁਸੀਂ ਦੇਸ਼ 'ਚ ਜਦੋਂ ਸਮਝੌਤਾ ਹੈ ਇਹਦਾ ਮਤਲਬ ਤੁਸੀਂ ਉਹਨੂੰ ਕਿਹੜਾ ਹਾਜ਼ਰੀ ਦੇਖਣਾ ਚਾਹੁੰਦੇ ਜਾਂ ਆਮ ਆਦਮੀ ਵਾਲੇ ਪੱਪੀ ਦੀ ਦੱਸਣ ਵੀ ਉਹ ਜਦੋਂ ਸਾਰੇ ਦੇਸ਼ 'ਚ ਸਮਝੌਤਾ ਹੈ ਪੰਜਾਬ 'ਚ ਤੁਸੀਂ ਇਹ ਦੱਸੋ ਤੁਸੀਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ? ਇਸ ਕਰਕੇ ਇਹ ਦੋਨੋਂ ਇਹ ਕਲੀਅਰ ਕਰਨ ਅਤੇ ਕੇਜਰੀਵਾਲ ਵੀ ਉਰੇ ਆਉਣਗੇ ਉਹ ਵੀ ਕਲੀਅਰ ਕਰਨ ਵੀ ਰਾਜਧਾਨੀਆਂ 'ਚ ਦੋਨਾਂ 'ਚ ਸਮਝੌਤਾ ਜੱਪੀਆਂ ਅਤੇ ਪੱਪੀਆਂ ਅਤੇ ਉਰੇ ਆ ਕੇ ਕੀ ਹੋ ਜਾਂਦਾ? ਉਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਬੇਵਕੂ ਬਣਾ ਰਹੇ ਹੋ ਤੁਸੀਂ, ਕੋਈ ਨਹੀਂ ਬਣਨਾ। ਤੁਹਾਡੇ ਉਮੀਦਵਾਰ ਖੜੇ ਨੇ ਦੂਜੇ ਪਾਸੇ ਕਾਂਗਰਸ ਹੈ, ਕਿਸ ਨਾਲ ਮੁਕਾਬਲਾ ਹੈ ਪੰਜਾਬ ਦਾ? ਆਲ ਓਵਰ ਕਿੱਦਾਂ ਦੇਖਦੇ ਹੋ 13 ਸੀਟਾਂ ਦੇ? ਦੇਖੋ 13-0 ਸਾਡੇ ਦੋਨੇ ਸੁਪਰੀਮੋ ਕਹਿ ਚੁੱਕੇ ਨੇ, ਸਰਦਾਰ ਭਗਵੰਤ ਸਿੰਘ ਜੀ ਮਾਨ, ਸ਼੍ਰੀ ਅਰਵਿੰਦਰ ਕੇਜਰੀਵਾਲ ਸਾਹਿਬ। ਸਾਨੂੰ ਪੂਰਨ ਆਸ ਹੈ ਕਿ ਪੰਜਾਬ ਦੀ ਜਨਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮਾਂ 'ਤੇ ਮੋਹਰ ਲਾਉਂਦੇ ਹੋਏ 13-0 ਨਾਲ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਬੜ ਦਵਾਇਆ। 13-0 ਅਲਾਇੰਸ ਨਾਲ ਕੀ ਇਕੱਲੀ ਆਮ ਆਦਮੀ ਪਾਰਟੀ? ਨਹੀਂ ਇਕੱਲੀ ਸਾਡਾ ਪੰਜਾਬ 'ਚ ਕੋਈ ਅਲਾਇੰਸ ਨਹੀਂ, ਸਾਡਾ ਉੱਪਰ ਜਿਹੜਾ ਅਲਾਇੰਸ ਹੈ ਉਹ ਸਾਡੇ ਰਾਸ਼ਟਰੀ ਸੁਪਰੀਮੋ ਦੇ ਹੁਕਮ ਦੇ ਤਹਿਤ ਹੈ। ਇੱਥੇ 13-0 ਇਕੱਲੀ ਆਮ ਆਦਮੀ ਪਾਰਟੀ ਕਰੂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ। ਪੰਜਾਬ ਦੇ ਵਿੱਚ ਮੁਕਾਬਲਾ ਕਿਹੜੀ ਪਾਰਟੀ ਨਾਲ ਦੇਖਦੇ ਹੋ, ਕਿਉਂਕਿ ਲਗਾਤਾਰ ਕਾਂਗਰਸ ਵੱਲੋਂ ਵੀ ਦਾਅਵੇ ਕੀਤੇ ਜਾਂਦੇ ਨੇ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਆਪਣਾ? ਦੇਖੋ ਅਸੀਂ ਕਿਸੇ ਨਾਲ ਮੁਕਾਬਲਾ ਨਹੀਂ ਮੰਨਦੇ, ਉਹ ਮੁਕਾਬਲਾ ਕਹਿੰਦੇ ਨੇ। ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਪੁੱਛ ਰਹੇ ਹੋ, ਚਾਹੇ ਕਾਂਗਰਸ ਨੂੰ ਪੁੱਛ ਲਓ, ਉਹ ਕਹੂਗੇ ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ। ਬੀਜੇਪੀ ਨੂੰ ਪੁੱਛੋ, ਉਹ ਕਹਿਣਗੇ ਆਮ ਆਦਮੀ ਪਾਰਟੀ ਨਾਲ। ਅਕਾਲੀ ਦਲ ਨੂੰ ਕਹੋ, ਉਹ ਵੀ ਕਹਿਣਗੇ ਆਮ ਆਦਮੀ ਪਾਰਟੀ ਨਾਲ, ਸਾਡਾ ਮੁਕਾਬਲਾ ਕਿਸੇ ਨਾਲ ਨਹੀਂ, 13-0 'ਤੇ ਜਿੱਤ ਹੋ। ਰਾਜਾ ਬੜਿੰਗ ਨੇ ਕਹਿੰਦਾ ਅੱਜ ਦਾਅਵਾ ਕੀਤਾ, ਕਹਿੰਦੇ ਲੁਧਿਆਣੇ ਦੀ ਸੀਟ ਦੇ ਨਾਲ ਨਾਲ 13 ਦੀਆਂ 13 ਸੀਟਾਂ ਜਿਹੜੀਆਂ ਨੇ, ਕਹਿੰਦੇ ਕਾਂਗਰਸ ਜਿੱਤੂਗੀ ਅਤੇ 13 ਡੱਬੇ ਮੁੱਖ ਮੰਤਰੀ ਪੰਜਾਬ ਨੂੰ ਕਹਿੰਦੇ ਮੈਂ ਭੇਜੂੰਗਾ। ਜਿਹੜਾ ਰਾਜਾ ਜੀ ਨਾ, ਉਹਨਾਂ ਦੀ ਜ਼ਬਾਨ ਫਿਸਲ ਗਈ, ਉਹਨਾਂ ਨੇ ਕਹਿਣਾ ਹੋਣਾ ਵੀ 13-0 'ਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਜਿੱਤੀ। ਇੱਕ ਲਗਾਤਾਰ ਰਵਨੀਤ ਪਿੱਟੂ ਨੇ ਜਿਹੜੇ ਨੇ ਬਿਆਨਬਾਜ਼ੀ ਕਰ ਰਹੇ ਨੇ, ਉਹ ਕਹਿੰਦੇ ਵੀ ਜਿੱਦਣ ਮੇਰੀ ਜਿੱਤ ਗਿਆ 4 ਤਰੀਕ ਤੋਂ ਬਾਅਦ ਪੱਕੇ ਡੇਰੇ ਜਿਹੜੇ CM ਦੇ ਘਰ ਦੇ ਬਾਹਰ ਲਾ ਲੈਣੇ ਮੈਂ ਜਾ ਕੇ, ਉਹਨਾਂ ਨੂੰ ਬੈਠਣ ਲਈ ਵਧੀਆ ਪ੍ਰਬੰਧ ਕਰਾਂਗੇ, ਚਾਹ ਪਾਣੀ ਦਾ 3 ਟਾਈਮ ਰੋਟੀ ਮਿਲੂਗੀ ਜੀਆਂ ਨੂੰ। ਹੋਰ ਦੱਸੋ। ਵਿਕਰਮ ਮਜੀਠੀਆ ਕਹਿ ਰਹੇ ਨੇ, ਕਹਿੰਦੇ ਵੀ ਨਹਿਰੀ ਪਾਣੀ ਜਿਹੜੀਆਂ ਗੱਲਾਂ ਦਾਅਵੇ ਕੀਤੇ ਜਾ ਰਹੇ ਨੇ ਵੀ ਉਹ ਇੱਦਾਂ ਦਾ ਕੁਛ ਨਹੀਂ ਹੈਗਾ। ਉਹਨਾਂ ਦਾ ਪਿੰਡ ਕਿਹੜਾ ਜੀ? ਮੈਂ ਸਮਾਗਮ ਨੇ ਪੁੱਛਣਾ ਚਾਹੁੰਦਾ ਮਜੀਠੀਆ ਸਾਹਿਬ, ਤੁਹਾਡਾ ਕਿਹੜਾ ਪਿੰਡ ਹੈ ਜਿੱਥੇ ਪਾਣੀ ਨਹੀਂ ਗਿਆ? ਅਗਰ ਨਹੀਂ ਗਿਆ ਉਸ ਪਿੰਡ ਵੀ ਪਾਣੀ ਪਹੁੰਚਾ ਦੇਵਾਂਗੇ, ਕਿਉਂਕਿ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਹਰੇਕ ਕੋਨੇ ਵਿੱਚ ਨਹਿਰੀ ਪਾਣੀ ਨੂੰ ਪਹੁੰਚਾਉਣਾ ਆਪਣੀ ਜ਼ਿੰਮੇਵਾਰੀ ਸਮਝੀ ਹੈ। ਆ ਸਾਡੇ ਕਾਬਲ ਅਫਸਰਾਂ ਨੇ ਉਹ ਡਿਊਟੀ ਨਿਭਾਈ ਵੀ ਹੈ, ਸਾਰੀਆਂ ਟੇਲਾਂ ਤੱਕ ਪਾਣੀ ਪਹੁੰਚਿਆ। ਸਰ, ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਵਿਰੋਧੀ ਜਿਹੜੇ ਨੇ ਸਵਾਲ ਚੁੱਕ ਰਹੇ ਨੇ, ਕਿਉਂਕਿ ਲੁਧਿਆਣਾ ਦੇ ਵਿੱਚ ਵੀ ਬੀਤੇ ਦਿਨ ਇੱਕ ਵਾਰਦਾਤ ਹੋਈ ਹੈ।